ਅਸੀਂ ਖੜ੍ਹੇ ਹਾਂ AS ਕਾਲਜ ਸਮਰਾਰਾ ਰੋਡ ਦੇ ਸਟੇਡੀਅਮ ਦੇ ਅੰਦਰ, ਜਿੱਥੇ ਕਿ ਬਹੁਤ ਹੀ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਨੇ। ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 10 ਦਸੰਬਰ ਨੂੰ ਵਰਲਡ ਕਬੱਡੀ ਚੈਂਪੀਅਨਸ਼ਿਪ ਦੇ ਕੁਝ ਮੈਚ ਇਸ ਵਾਰ ਖੰਨਾ ਵਿੱਚ ਹੋਣ ਜਾ ਰਹੇ ਨੇ, ਜਿਹਦੇ ਨਾਲ ਕਿ ਖੰਨਾ ਸ਼ਹਿਰ ਵਾਸੀਆਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਔਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਪੁਲਿਸ ਦੇ ਜਵਾਨ ਬੜੀ ਮੁਸਤੈਦੀ ਦੇ ਨਾਲ ਸਾਰੀਆਂ ਤਿਆਰੀਆਂ 'ਚ ਲੱਗੇ ਹੋਏ ਨੇ। ਸਾਡੇ ਖੰਨਾ ਦੇ SSP ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ, ਹੋਰ ਵੀ ਸਾਡੇ ਅਫਸਰ ਔਰ ਜਵਾਨ ਇੱਥੇ ਪਹੁੰਚੇ ਹੋਏ ਨੇ ਔਰ ਸਿਕਿਉਰਿਟੀ ਦਾ ਪੂਰਾ ਮੁਆਇਨਾ ਲੈ ਰਹੇ ਨੇ। ਸਾਡੇ ਨਾਲ ਮੌਜੂਦ ਨੇ ਖੰਨਾ ਮਿਊਂਸੀਪਲ ਕਮੇਟੀ ਦੇ EO ਸਰਦਾਰ ਚਰਨਜੀਤ ਸਿੰਘ ਜੀ। ਸਰ, ਅੱਜ ਜਿੱਦਾਂ ਅਸੀਂ ਇੱਥੇ ਦੇਖ ਰਹੇ ਹਾਂ ਬੜੀਆਂ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਨੇ ਵਰਲਡ ਕਬੱਡੀ ਕੱਪ ਦੀਆਂ, ਅਤੇ ਜਿਹੜੀ ਆਪਣੀ ਮਿਊਂਸੀਪਲ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਕੀ ਤਿਆਰੀ ਹੋ ਰਹੀ ਹੈ? ਹਾਂਜੀ, ਮਿਊਂਸੀਪਲ ਕਾਰਪੋਰੇਸ਼ਨ ਨਗਰ ਕੌਂਸਲ ਖੰਨਾ ਵੱਲੋਂ ਜੋ ਇਹ ਇੰਟਰਨੈਸ਼ਨਲ ਕਬੱਡੀ ਵਰਲਡ ਕੱਪ ਹੋ ਰਿਹਾ ਹੈ, ਸਾਡੀ ਕੌਂਸਲ ਵੱਲੋਂ ਸਫਾਈ ਦਾ ਪੂਰਾ ਪੁਖਤਾ ਪ੍ਰਬੰਧ ਕੀਤੇ ਗਏ ਨੇਗੇ, ਜੋ ਕਿ ਨਿਰੰਤਰ ਜਾਰੀ ਨੇ, ਆਪਣਾ ਫਰੰਟ ਗਰਾਊਂਡ ਦੇ ਉੱਤੇ ਕੀਤੀ ਗਈ ਆ। ਬਾਕੀ ਸਾਡੀ ਨਗਰ ਕੌਂਸਲ ਨੂੰ ਕੇਟਰਿੰਗ ਦਾ ਟੋਟਲ ਪ੍ਰਬੰਧ ਦਿੱਤਾ ਗਿਆ, ਜੋ ਕਿ ਅਸੀਂ ਆਪਣੀ ਦੇਖ ਰੇਖ ਦੇ ਵਿੱਚ ਪੂਰੀ ਤਰ੍ਹਾਂ ਕਰਵਾ ਰਹੇ ਹਾਂ, ਅਤੇ ਬਾਕੀ ਜੋ ਵੀ ਹੋਰ ਵੀ ਪ੍ਰਬੰਧ ਸਾਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੇ ਜਾਣਗੇ ਅਸੀਂ ਪੂਰੇ ਤਨ ਮਨ ਨਾਲ ਆਪਣੇ ਕਰਾਂਗੇ। ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ? ਸ਼ਹਿਰ ਵਾਸੀਆਂ ਦਾ ਫੁੱਲ ਸਹਿਯੋਗ ਮਿਲ ਰਿਹਾ ਜੀ, ਬੜਾ ਉਤਸ਼ਾਹ ਵਾ। ਪਹਿਲੀ ਵਾਰ ਇੰਟਰਨੈਸ਼ਨਲ ਵਰਲਡ ਕੱਪ ਖੰਨਾ ਸ਼ਹਿਰ ਦੇ ਵਿੱਚ ਹੋ ਰਿਹਾ ਹੈ, ਬੜਾ ਪਬਲਿਕਲੀ ਇਹਦੀ ਇਮੇਜ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਸਾਰੇ ਪਾਸੇ ਇਹਦਾ ਅੱਛਾ ਰਿਸਪੋਂਸ ਮਿਲ ਰਿਹਾ। ਸਰ, ਜਿੱਦਾਂ ਕਿ ਸਾਰੇ ਹਿੰਦੁਸਤਾਨ 'ਚ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਅਪੀਲ ਕੀਤੀ ਗਈ ਸੀ ਸਫਾਈ ਅਭਿਆਨ ਦੀ ਜੀ, ਵੀ ਆਪਾਂ ਸਵੱਛ ਭਾਰਤ ਬਣਾਈਏ, ਤੋ ਜਿੱਦਾਂ ਪਰਸੋਂ ਇੱਥੇ ਬਹੁਤ ਬੜਾ ਇਕੱਠ ਹੋਣਾ, ਹਾਂਜੀ, ਉਹਨਾਂ ਨੂੰ ਜਿਹੜੇ ਲੋਕ ਆਉਣਗੇ ਦੇਖਣ, ਉਹਨਾਂ ਨੂੰ ਵੀ ਅਪੀਲ ਇਹਦੇ ਬਾਰੇ ਕਰਨਾ ਚਾਹੋਗੇ? ਹਾਂਜੀ, ਅਪੀਲ ਰਾਈਟ ਦੇ ਨਾਲ ਡਿਊਟੀਜ਼ ਵੀ ਬਣਦੀਆਂ ਨੇ ਜੀ। ਅਪੀਲ ਕਰਦੇ ਹਾਂ ਇੱਥੇ ਸਾਰੇ ਨਗਰ ਕੌਂਸਲ ਵੱਲੋਂ ਜਿਹੜੇ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇਗੇ, ਸਾਰੇ ਸਟੈਪ ਵਾਈਜ਼ ਜਿਹੜੇ ਬੰਦੇ ਲਾਵਾਂਗੇ, ਜੋ ਵੀ ਜੇ ਉੱਥੇ ਕੂੜਾ ਕਰਕਟ ਸਿੱਟੇ ਜਾਊਗਾ ਨਾਲ ਦੀ ਨਾਲ ਚੱਕੇ ਜਾਊ, ਡਸਟਬੀਨ ਵੀ ਰੱਖੇ ਹੋਣਗੇ। ਬਾਕੀ ਲੋਕਾਂ ਨੂੰ ਵੀ ਅਪੀਲ ਆ ਵੀ ਆ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਯੋਜਨਾ ਚਲਾਈ ਹੈ, ਜੇ ਆਪਾਂ ਆਪਣੇ ਰਾਈਟ ਐਂਡ ਡਿਊਟੀ ਸਮਝ ਕੇ ਚੱਲਾਂਗੇ ਤਾਂ ਹੀ ਸਾਰਾ ਕੁਝ ਆਪਾਂ ਅੱਗਾ ਸਵਾਰ ਸਕਦੇ ਹਾਂ। ਨੇ ਸ਼੍ਰੀ ਰਜਤ ਅਗਰਵਾਲ ਜੀ, ਜਿਹੜੇ ਕਿ DC ਲੁਧਿਆਣਾ ਨੇ। ਸਰ, ਅੱਜ ਜਿੱਦਾਂ ਕਿ ਇੱਥੇ ਖੰਨਾ ਸ਼ਹਿਰ 'ਚ ਤੁਸੀਂ ਆਏ ਹੋ, ਖੰਨਾ ਇੱਕ ਬਹੁਤ ਬੜੀ ਏਸ਼ੀਆ ਦੀ ਅਨਾਜ ਮੰਡੀ ਹੈ, ਔਰ ਲੋਕਾਂ ਦੀ ਬੜੀ ਡਿਮਾਂਡ ਵੀ ਸੀ ਕਿ ਇੱਥੇ ਕੋਈ ਇੰਟਰਨੈਸ਼ਨਲ ਪੱਧਰ ਦਾ ਕੋਈ ਮੁਕਾਬਲਾ ਹੋਵੇ, ਤਾਂ ਇਹ ਬੜੀ ਖੁਸ਼ੀ ਦੀ ਵੀ ਗੱਲ ਹੈ ਖੰਨਾ ਵਾਸੀਆਂ ਲਈ ਕਿ ਇੱਕ ਬਹੁਤ ਬੜਾ ਇੰਟਰਨੈਸ਼ਨਲ ਕਬੱਡੀ ਮੈਚ ਮਿਲ ਗਿਆ। ਅੱਜ ਤੁਸੀਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਹੋ, ਕੀ ਕਹਿਣਾ ਚਾਹੋਗੇ?
ਇਹ ਬਹੁਤ ਹੀ ਵੱਡਾ ਓਕੇਜ਼ਨ ਹੈਗਾ ਖੰਨਾ ਵਾਸਤੇ ਵੀ, ਜ਼ਿਲ੍ਹਾ ਲੁਧਿਆਣਾ ਵਾਸਤੇ ਵੀ, ਜਿਹਦੇ ਵਿੱਚ ਚਾਰ ਮੈਚ ਜਿਹੜੇ ਹੈਗੇ ਇੰਟਰਨੈਸ਼ਨਲ ਕਬੱਡੀ ਕੱਪ ਦੇ ਇੱਥੇ ਹੁਣ ਜਾ ਰਹੇ ਹੈਗੇ ਹੈ। ਉਹਦੇ ਵਿੱਚ ਜੈਂਟਸ ਮੈਚ ਵੀ ਹੈਗੇ, ਲੇਡੀਜ਼ ਵੀ ਹੈਗੇ ਹੈ। 10 ਤਰੀਕ ਨੂੰ 12 ਵਜੇ ਤੋਂ ਇਹ ਮੈਚ ਚਾਲੂ ਹੋਣਗੇ। ਐਂਡ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਅਤੇ ਨੇੜੇ ਤੇੜੇ ਦੇ ਜ਼ਿਲ੍ਹਿਆਂ ਦੇ ਵੀ ਸਾਰੇ ਬਾਸ਼ਿੰਦਿਆਂ ਨੂੰ ਮੈਂ ਖੁੱਲ੍ਹਾ ਸੱਦਾ ਦਿੰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕਰ ਇਸ ਬਹੁਤ ਹੀ ਵਧੀਆ ਜਿਹੜਾ ਈਵੈਂਟ ਹੈਗਾ ਉਹਦਾ ਆਨੰਦ ਮਾਣਨ। ਅਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਸਾਰੇ ਆ ਕੇ, ਨਾਲੇ ਖਿਲਾੜੀਆਂ ਦੀ ਹੌਸਲਾ ਅਫਜ਼ਾਈ ਹੋਏਗੀ ਅਤੇ ਨਾਲੇ ਸਾਨੂੰ ਖੁਸ਼ੀ ਹੋਏਗੀ ਕਿ ਲੋਕਾਂ ਨੂੰ ਵੀ ਇੱਥੇ ਜਿਹੜਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਐਂਡ ਇਹ ਮੈਸੇਜ ਹੈਗਾ ਕਿ ਸਪੋਰਟਸ ਦੇ ਰਾਹੀਂ ਪਿੰਡਾਂ ਦੇ ਵਿੱਚ ਯੂਥ ਨੂੰ ਜੋੜੀਏ, ਉਹ ਇੱਥੋਂ ਇਹ ਸੁਨੇਹਾ ਪੰਜਾਬ ਸਰਕਾਰ ਦਾ ਲੈ ਕੇ ਜਾਵਾਂਗੇ। ਸਰ, ਪ੍ਰਬੰਧਾਂ ਨੂੰ ਸੁਚਾਰੂ ਚਲਾਉਣ ਲਈ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਸਾਰਿਆਂ ਦੇ ਬੈਠਣ ਦਾ ਇੰਤਜ਼ਾਮ, ਉਹਨਾਂ ਦੀ ਪਾਰਕਿੰਗ, ਸਾਰੇ ਕੁਝ ਅਸੀਂ ਡਿਟੇਲ ਦੇ ਵਿੱਚ ਪਲੈਨਿੰਗ ਕੀਤੀ ਹੈਗੀ ਹੈ। ਅਲੱਗ ਅਲੱਗ ਜਗ੍ਹਾ 'ਤੇ ਬੋਰਡ ਵੀ ਲਗਾਏ ਜਾਣਗੇ, ਸਮੇਂ ਸਿਰ ਲੋਕ ਆਉਣ ਅਤੇ ਜੋ ਬੋਰਡ, ਜੋ ਪਲੈਨਿੰਗ, ਇੱਥੇ ਜਿੰਨੇ ਵੀ ਸਿਕਿਉਰਿਟੀ ਪਰਸਨਲ ਹੈ ਉਹਨਾਂ ਦੇ ਗਾਈਡੈਂਸ ਮੁਤਾਬਿਕ ਜੇ ਆਪਣੀ ਆਪਣੀ ਜਗ੍ਹਾ ਆਪਣੀ ਆਪਣੀ ਪਾਰਕਿੰਗ ਕਰਾਂਗੇ ਅਤੇ ਬਹੁਤ ਹੀ ਵਧੀਆ ਸੁਚੱਜੇ ਤਰੀਕੇ ਨਾਲ ਇਹ ਸਾਰਾ ਜਿਹੜਾ ਹੈਗਾ ਪ੍ਰੋਗਰਾਮ ਨੇਫਰੇ ਚਾੜਿਆ ਜਾਵੇਗਾ ਅਤੇ ਲੋਕ ਵੱਧ ਤੋਂ ਵੱਧ ਇਹਦੇ ਇੰਜੋਏ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੀ, SSP ਖੰਨਾ। ਸਰ, ਜਿੱਦਾਂ ਕਿ ਇਹ ਕਬੱਡੀ ਮੈਚ ਹੋਣ ਜਾ ਰਿਹਾ ਔਰ ਮੈਂ ਦੇਖ ਰਿਹਾ ਕਿ ਸਾਡੇ ਅਫਸਰ ਸਾਹਿਬਾਨ, ਤੁਸੀਂ ਔਰ ਜਵਾਨ ਸਾਰੇ ਮੁਸਤੈਦੀ ਨਾਲ ਲੱਗੇ ਹੋਏ ਨੇ ਸੁਰੱਖਿਆ ਪ੍ਰਬੰਧਾਂ 'ਚ, ਤੋ ਅੱਜ ਜਿਹੜਾ ਇਹ ਮੈਚ ਹੈ ਪਰਸੋਂ, ਇਹਦੇ ਸੁਰੱਖਿਆ ਪ੍ਰਬੰਧਾਂ ਬਾਰੇ ਜ਼ਰਾ ਜਾਣਕਾਰੀ ਦਿਓ। ਇਹ ਬਹੁਤ ਅਸੀਂ ਮਾਈਨਿਊਟਲੀ ਇਹਦੇ 'ਤੇ ਜਾ ਰਹੇ ਹੈਗੇ ਹਾਂ ਔਰ ਸਭ ਤੋਂ ਮੇਨ ਚੀਜ਼ ਇਹ ਆ ਵੀ ਇਹ ਇੱਥੇ ਚਾਰ ਜਿਹੜੀਆਂ ਟੀਮਸ ਨੇ, ਚਾਰ ਮੈਚਸ ਨੇ, 8 ਟੀਮਸ ਇੱਥੇ ਪਾਰਟੀਸਪੇਟ ਕਰ ਰਹੀਆਂ ਨੇ। ਸੋ ਮੇਨ ਦੂਸਰਾ ਇਹ ਹੈਗਾ ਜਿਹੜਾ ਆਪਣਾ ਡਾਇਵਰਸ਼ਨ, ਅਸੀਂ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਰਿਕੁਐਸਟ ਕਰਨਾ ਚਾਹਾਂਗੇ ਸਾਰੇ ਪਬਲਿਕ ਨੂੰ ਵੀ ਜਿਹੜਾ ਖੰਨਾ ਤੋਂ ਸਮਰਾਲਾ ਰੋਡ ਹੈਗਾ ਉਹਦੇ 'ਤੇ ਅਸੀਂ ਹੈਵੀ ਟ੍ਰੈਫਿਕ ਜਿਹੜਾ ਹੈਗਾ ਉਹ ਫਿਲਹਾਲ ਉਸ ਦਿਨ ਬੰਦ ਕੀਤਾ ਹੋਇਆ ਹੈਗਾ। ਇਸ ਤਰ੍ਹਾਂ ਹੀ ਇੱਧਰਲੇ ਪਾਸੋਂ ਸਮਰਾਲੇ ਤੋਂ ਜਿਹੜਾ ਖੰਨਾ ਹੈਗਾ ਇਹ ਵਾਇਆ ਬੀਜਾ ਹੋ ਕੇ ਜਿਹੜਾ ਇਹ ਆਉਣ, ਛੋਟੀਆਂ ਗੱਡੀਆਂ ਅਸੀਂ ਅਲਾਓ ਕਰ ਰਹੇ ਹੈਗੇ ਹਾਂ ਅਤੇ ਬਾਕੀ ਸਾਰੀਆਂ ਪਾਰਕਿੰਗਸ ਜਿਹੜੀਆਂ ਹੈਗੀਆਂ ਨੇ ਇਸ ਰੋਡ ਦੇ ਉੱਤੇ ਮਿਲਣਗੀਆਂ ਪਬਲਿਕ ਨੂੰ ਔਰ ਟਾਈਮ ਸਿਰ ਆਉਣ। ਅਸੀਂ ਇਹੀ ਰਿਕੁਐਸਟ ਕਰਾਂਗੇ ਵੀ ਸਾਰੇ ਟਾਈਮ ਸਿਰ ਆਉਣ ਤਾਂ ਕਿ ਇੱਕ ਵਾਰ ਆ ਕੇ ਕੋਈ ਜੈਮ ਨਾ ਲੱਗੇ ਔਰ ਹਰੇਕ ਬੰਦਾ ਜਿਹੜਾ ਆਊਗਾ ਉਹਨੂੰ ਉਸ ਹਿਸਾਬ ਸਿਰ ਸਾਰੀ ਪਾਰਕਿੰਗ ਉੱਥੇ ਮਿਲਦੀ ਰਹੂਗੀ। ਸਾਰੇ ਪੁਖਤਾ ਜਿਹੜੇ ਨੇ ਇਹ ਪ੍ਰਬੰਧ ਸਿਕਿਉਰਿਟੀ ਦੇ ਇੱਥੇ ਕੀਤੇ ਗਏ ਨੇ ਹਰੇਕ ਐਂਗਲ ਤੋਂ। ਤਕਰੀਬਨ ਇੱਥੇ ਸਾਨੂੰ ਉਮੀਦ ਆ ਵੀ ਬਹੁਤ ਭਾਰੀ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚ, ਕਿਉਂਕਿ ਬੜੇ ਪਾਪੂਲਰ ਹੈਗੀ ਆ ਕਬੱਡੀ ਜਿਹੜੀ ਸਪੋਰਟਸ ਹੈਗੀ ਆ, ਚੰਗਾ ਕਾਫੀ ਰਸ਼ ਇੱਥੇ ਹੋਣ ਦਾ ਸਾਨੂੰ ਪੂਰਾ ਅੰਦਾਜ਼ਾ ਹੈਗਾ। ਲੋਕ